नवी फिल्म आ रही है सब फड़े जाएंगे जो पार्ट टीवी ओटीटी पे, मुबारकां तुम दोनों नू। थैंक यू। तुहाडे कैरेक्टर बारे पहला तो आप फटाफट थोड़ी गल करांगे कैरेक्टर एंड मूवी बारे। अठ रात दे अठ घंटिया की सारी जर्नी उस बंदे की हुंदा उस नाल जुड़े हुए लोगों का भी सब ट्रैक्स वो भी चलते हैं भी की हुंदा की घटता वो जिंदगी बड़ा सादा जहा कैरेक्टर है वो बड़ा आम जिहा कोई भी बंदा यही जी सिचुएशन फस जाए तो जिदा कहा कि झूठ बोल रहे हो झूठ नहीं बोल रहा वो सच ही बोल रहा है फिल्म वो सच बोल रहा है की होएगा मतलब इमोशनली या प्यार ना हैंडल करूंगे कि प्लीज आ जाए आपकी क्लास लगेगी। देखो ये तो बहुत औखी सिचुएशन दे विच तुसी बारे ते इट डिपेंड करता जे तो थोड़ी लव मैरिज है ना ते थोनू पता है कि ये लेट हो सकता है किसी काम च बिजी हो गया जान के कीता है फिर तो क्लास ही लगेगी फिर तो ऑब्वियसली यही होगा बट जे अरेंज मैरिज फिर तुसी की कर सकते हो चुप करके बैठ के वेट फिर पापा क्लास लैण के। सो रियल लाइफ विच इहो जिही कोई मैमरी है जो अज भी कॉलेज लाइफ ना या दोस्तों ना यार मित्रों ना जुड़ी हुई जिन्होंने अज भी याद करके बड़ा हासा आ जाएगा यार उदो असीं की कीता सी ना साइकिल ते असीं तुर पे जा रहे हैं मेरा एनुअल फंक्शन ते परफॉर्मेंस है मेरी जा रहे हैं जाते जाते एक मोड़ ते एक रेड़ा जिहड़ा जैसे सिलेंडर लगे हुए सी उस तो मैं तो बच गया मेरा दोस्त नहीं बचा उस बाँह ते रेड़ा वज्जिया ते मतलब रेड़े ते बाँह वज्जी और डिग गया उसकी बाँह टुट गई मैं अजे एनुअल फंक्शन ते जाना है एनुअल फंक्शन ते जाने की बजाय मैं वो सारे बंदे जेडे भी सीगे वड्डे ਉਹ ਜਿਹੜੇ ਲੋਕ ਸੀਗੇ ਉਹ ਨਾਲ ਹੀ ਘਰ ਸੀ ਥੋੜ੍ਹੀ ਦੂਰੀ ਸੀਗੇ ਉਸਦੇ ਘਰੇ ਛੱਡਿਆ ਉਸ ਤੋਂ ਬਾਅਦ ਮੈਂ ਉਹਦੀ ਸਿਸਟਰ ਸੀ ਵੱਡੀ ਮੈਂ ਕਿਹਾ ਦੀਦੀ ਮੈਂ ਕੁਛ ਨਹੀਂ ਕੀਤਾ ਹੈ ਨਾ ਇਹ ਕਹਿ ਕੇ ਮੈਂ ਭੱਜ ਗਿਆ ਭੱਜ ਕੇ ਮੈਂ ਜਾ ਕੇ ਗਾਣਾ ਗਾ ਰਿਹਾ ਮੈਂ ਗਾਣਾ ਗਾਇਆ ਆਪਣਾ ਅਤੇ ਅਸੀਂ ਫਿਲਮ ਦੇਖੀ ਪੂਰਾ ਵਧੀਆ ਇੰਜੋਏ ਕੀਤਾ ਉਦੋਂ ਬਾਅਦ ਦੇ ਵਿੱਚ ਜਦੋਂ ਮੈਂ ਜਿਵੇਂ ਥੀਏਟਰ ਤੋਂ ਬਾਹਰ ਨਿਕਲੀ ਹਾਂ ਠੀਕ ਹੈ ਇਧਰੋਂ ਮੇਰੀ ਮੰਮੀ ਆ ਰਹੀ ਹੈ ਮੈਂ ਪਿੱਛੇ ਮੁੜ ਗਈ ਉਧਰੋਂ ਮੇਰੇ ਪਾਪਾ ਆ ਰਹੇ ਨੇ ਫੜੀ ਗਈ ਅਤੇ ਉਹ ਪਤਾ ਨਹੀਂ ਫੜੀ ਕਿਵੇਂ ਗਈ ਸੀਗੀ ਜਿਹੜੀ ਕੁੜੀ ਨੂੰ ਮੈਂ ਨਾਲ ਲੈ ਕੇ ਗਈ ਸੀ ਉਹ ਕੁੜੀ ਦੀ ਮੰਮੀ ਨੇ ਮੇਰੇ ਮੰਮੀ ਨੂੰ ਫੋਨ ਕਰਕੇ ਬੋਲਾਇਆ ਕਿ ਮੇਰੀ ਕੁੜੀ ਦੱਸ ਕੇ ਗਈ ਹੈ ਤੁਹਾਡੀ ਕੁੜੀ ਦੱਸ ਕੇ ਨਹੀਂ ਗਈ ਤੈਨੂੰ ਜੁਦਾ ਹੋਣ ਦੀ ਜਲਦੀ ਹੈ ਮੇਰੇ ਸੀਨੇ ਵਿੱਚ ਅੱਗ ਬਲਦੀ ਹੈ ਛੱਡ ਕੇ ਦਿਮਾਗ ਵਾਲੇ ਰਾਹ ਪਾ ਦਿਲ ਉੱਤੇ ਜ਼ੋਰ ਸੋਚ ਲੈ ਜੇ ਹੁਣ ਯਾਰੀ ਟੁੱਟ ਗਈ ਤਾਂ ਜੁੜਨੀ ਨਹੀਂ ਤੂੰ ਇੱਕ ਵਾਰੀ ਹੋਰ ਸੋਚ ਲੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਾਂਝਾ ਟੀ ਵੀ ਮੈਂ ਆਕਾਂਕਸ਼ਾ ਸੋਡੀ ਪ੍ਰੋਗਰਾਮ ਹੈ ਲੈਟਸ ਟੋਕ ਜਿਹਦੇ ਵਿੱਚ ਅਸੀਂ ਗੱਲਾਂ ਕਰਦੇ ਹਾਂ ਨਵੇਂ ਨਵੇਂ ਆਰਟਿਸਟ ਨਵੇਂ ਨਵੇਂ ਕਲਾਕਾਰਾਂ ਦੇ ਨਾਲ ਰੋਜ਼ ਨਵੀਆਂ ਫਿਲਮਾਂ ਬਾਰੇ ਨਵੇਂ ਗਾਣਿਆਂ ਬਾਰੇ ਅਤੇ ਅੱਜ ਜਿਹੜੇ ਕਲਾਕਾਰ ਸਾਡੇ ਵਿੱਚ ਮੌਜੂਦ ਨੇ ਬਹੁਤ ਸਾਰੇ ਬੱਚਿਆਂ ਨੇ ਜਾਂ ਫਿਰ ਯੂਥ ਨੇ ਮੇਰੇ ਵਰਗੀਆਂ ਕੁੜੀਆਂ ਨੇ ਉਹ ਗਾਣੇ ਨੂੰ ਨਾ ਉਸ ਗਾਣੇ ਨਾਲ ਨੋਸਟੈਲਜੀ ਆਇਆ ਉਹਨਾਂ ਦਾ ਜੱਟ ਟਿੰਕਾ ਜੱਟ ਟਿੰਕਾ ਆਏ ਹਾਏ ਨੀ ਪ੍ਰਿੰਕਾ ਜਿੰਨੀਆਂ ਵੀ ਉੱਥੇ ਪ੍ਰਿਯੰਕਾ ਸੀ ਜਦੋਂ ਇਹ ਫਿਲਮ ਆਈ ਸੀ ਔਰ ਇਹ ਐਕਟਰ ਆਏ ਸੀ ਇਹਨਾਂ ਨੇ ਉਹਨਾਂ ਨੂੰ ਆਪਣਾ ਵਾਕਈ ਜੱਟ ਟਿੰਕਾ ਮੰਨ ਲਿਆ ਸੀ ਅਤੇ ਦੂਸਰੇ ਪਾਸੇ ਇੱਕ ਜਿਹੜੀ ਕੁੜੀ ਹੈ ਮੇਨ ਲੀਡ ਹੈ ਆਰਟਿਸਟ ਹੈ ਉਹਨਾਂ ਦੀ ਹਾਈਟ ਐਂਡ ਉਹਨਾਂ ਦਾ ਫੇਸ ਉਹਨਾਂ ਦਾ ਗਲੈਮਰ ਉਹਨਾਂ ਦੀ ਬਿਊਟੀ ਦੇਖ ਕੇ ਮੁੰਡੇ ਬਹੁਤ ਜ਼ਿਆਦਾ ਉਹਨਾਂ ਨੂੰ ਆਪਣਾ ਕ੍ਰਸ਼ ਮੰਨਦੇ ਆ ਹਰਸ਼ਨੀਨ ਚੌਹਾਨ ਅਤੇ ਹਰੀਸ਼ ਵਰਮਾ ਜੀ ਐਚ ਸਕੁਆਇਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਥੈਂਕ ਯੂ ਬਹੁਤ ਵਧੀਆ ਅਤੇ ਹਰਸ਼ਨੀਨ ਔਰ ਹਰਸ਼ ਹਰੀਸ਼ ਬਹੁਤ ਬਹੁਤ ਸਵਾਗਤ ਅੱਜ ਕਨਫਿਊਜ਼ ਹੋਣ ਵਾਲੀ ਇਸੇ ਕਰਕੇ ਮੈਂ ਐਚ ਸਕੁਏਅਰ ਕਹਿਤਾ ਉਹ ਬਹੁਤ ਜ਼ਿਆਦਾ ਫੰਬਲ ਹੋਣ ਜਾਣਗੇ ਨਹੀਂ ਤਾਂ ਹਰੀਸ਼ ਐਂਡ ਹਰਸ਼ਨੀਨ ਹੈ ਨਾ ਮਿਲਦੇ ਜੁਲਦੇ ਆ ਸੋ ਨਵੀਂ ਫਿਲਮ ਆ ਰਹੀ ਹੈ ਸਭ ਫੜੇ ਜਾਣਗੇ ਜੋ ਪਾਰ ਟੀਵੀ ਓਟੀਟੀ ਤੇ ਮੁਬਾਰਕਾਂ ਤੁਹਾਨੂੰ ਦੋਨਾਂ ਨੂੰ ਥੈਂਕ ਯੂ ਔਰ ਹਰੀਸ਼ ਤੁਹਾਡੀ ਗੱਲ ਕਰੀਏ ਤਾਂ ਹਰ ਵਾਰੀ ਅਸੀਂ ਨਵਾਂ ਤੁਹਾਡਾ ਰੂਪ ਦੇਖਦੇ ਹਾਂ ਤੁਸੀਂ ਸੀਰੀਅਸ ਵੀ ਕੰਮ ਅੱਜ ਤੱਕ ਅਸੀਂ ਤੁਹਾਡਾ ਦੇਖਿਆ ਕਾਮੇਡੀ ਕਰਕੇ ਤਾਂ ਤੁਸੀਂ ਜਾਣੇ ਜਾਂਦੇ ਹੀ ਹੋ ਔਰ ਸਭ ਫੜੇ ਜਾਣਗੇ ਦੀ ਗੱਲ ਕਰੀਏ ਤਾਂ ਇੱਕ ਰਾਤ ਦਾ ਇੱਕ ਪੂਰਾ ਸੀਕੁਐਂਸ ਦਿਖਾਇਆ ਕਿ ਇੱਕ ਰਾਤ ਦੀ ਇਹ ਫਿਲਮ ਹੈ ਕਿਸੇ ਪੰਗੇ 'ਚ ਫਸ ਗਏ ਹੋ ਝੂਠ ਬੋਲ ਰਹੇ ਹੋ ਔਰ ਇਹ ਮੂਵੀ ਦਾ ਕਨਸੈਪਟ ਐਂਡ ਐਵਰੀਥਿੰਗ ਮੈਂ ਤੁਹਾਡੇ ਕੈਰੈਕਟਰ ਬਾਰੇ ਪਹਿਲਾਂ ਤਾਂ ਆਪਾਂ ਫਟਾਫਟ ਥੋੜ੍ਹੀ ਗੱਲ ਕਰਾਂਗੇ ਕੈਰੈਕਟਰ ਐਂਡ ਮੂਵੀ ਬਾਰੇ ਇਹ ਮੂਵੀ ਜਿੱਦਾਂ ਤੁਸੀਂ ਖੁਦ ਕਿਹਾ ਸਭ ਫੜੇ ਜਾਣਗੇ ਇੱਕ ਰਾਤ ਦੀ ਕਹਾਣੀ ਹੈ ਅੱਠ ਰਾਤ ਦੇ ਅੱਠ ਘੰਟਿਆਂ ਦੀ ਸਾਰੀ ਜਰਨੀ ਹੈ ਉਸ ਬੰਦੇ ਦੀ ਕੀ ਹੁੰਦਾ ਉਸ ਨਾਲ ਜੁੜੇ ਹੋਏ ਲੋਕਾਂ ਦਾ ਵੀ ਸਭ ਟਰੈਕਸ ਉਹ ਵੀ ਚੱਲਦੇ ਨੇ ਵੀ ਕੀ ਹੁੰਦਾ ਕੀ ਘਟਦਾ ਉਹਦੀ ਜ਼ਿੰਦਗੀ 'ਚ ਅਤੇ ਕੈਰੈਕਟਰ ਇਹ ਇਸਦਾ ਨਾਮ ਬੂਟਾ ਹੈ ਡਰਾਈਵਰ ਹੈ ਕੈਬ ਡਰਾਈਵ ਕਰਦਾ ਕੈਬ ਡਰਾਈਵਰ ਦੀ ਕਹਾਣੀ ਹੈ ਉਹਦਾ ਵਿਆਹ ਹੈ ਉਸ ਰਾਤ ਉਹਦੀ ਜ਼ਿੰਦਗੀ 'ਚ ਕੁਛ ਹੁੰਦਾ ਅਤੇ ਉਹ ਕੀ ਹੁੰਦਾ ਫਿਲਮ 'ਚ ਤੁਹਾਨੂੰ ਪਤਾ ਲੱਗ ਜਾਣਾ
बट जो कुछ भी हुंदा बहुत इंटरेस्टिंग आ ते बड़ा सादा जहा करैक्टर है वो बड़ा आम जहा कोई भी बंदा यही जी सिचुएशन फस जाए तो ये जिदा कहा कि झूठ बोल रहे हो झूठ नहीं बोल रहा वो सच ही बोल रहा है फिल्म वो सच बोल रहा है बट वो फिर भी फस भी रहा है वो निकल भी रहा है वो बड़ा इंटरेस्टिंग है सारा प्लॉट सो फिल्म बहुत खूबसूरत बनी हुई है। सो हशनीन तुहाडा करैक्टर किदां दा होएगा फिलहाल ट्रेलर तो यह लग रहा है कि कुड़ी है अपने फियांसे या हस्बैंड का इंतजार कर रही है लग रहा है कि बारात आने वाली शायद कुछ माहौल है उस तरीके का बारात या इंगेजमेंट वगैरह का सो एक कुड़ी है इंतजार कर रही है अपने करैक्टर बारे दसो थोड़ा कि माहौल है। मेरे कैरेक्टर का नाम रीत है तो जिवें आइडेंटिफाई कर पा रहे हो ट्रेलर तो देख के तो रीत बहुत ही ऑर्डिनरी जी कुड़ी है जिदा विआह होने वाला उन्होंने बहुत चाह है बहुत खुश हैगी एक्साइटेड है इस चीज़ में लैके तो क्योंकि नैक्सट डे उसकी वैडिंग है तो उस खुशी दे विच लेकिन वह अनजाण है बहुत सारिया घटनावां तो जो उस एक रात च हो रही नेगियां सो बाकी मैं हूँ ज़्यादा उस चीज़ के बारे डिस्क्राइब करके दस नहीं सकती हैगी बट मेरा कैरेक्टर एक बहुत ही सिंपल प्यारी जी कुड़ी का कैरेक्टर है। अच्छा असी जो कुड़िया होंदिया ने मुंडिया नू इन्ना चाह नहीं हुंदा व्याह दा मतलब व्याह नू व्याह दा चाह लड्डू खान दा इंतजार सारा नू हुंदा है भला ओह कहावत भी है ना व्याह दा लड्डू खाए जो जो ना खाए वो पछताए लेकिन कुड़ियां ज्यादा सेंसिटिव हुंदिया ने इमोशनल हुंदिया ने साडी मम्मियां नानियां दादियां ने ना निक्के हुंदे तो सानू सिखाया हुंदा है व्याह 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 रब ना करे रियल लाइफ दे विच अगर तुहाडा फियांसे या हस्बैंड व्याह वाले दिन लेट है तुसीं फोन कर रहे हो कि किथे है एंड ऑल दैट सो उस टाइम की होएगा मतलब इमोशनली या प्यार नाल हैंडल करोगे कि प्लीज आ जाए या फिर क्लास लगेगी। देखो ये तो बहुत औखी सिचुएशन दे विच तुसी बात है ये डिपेंड करते दे जे तो थोड़ी लव मैरिज है ना ते थोनू पता है कि ये लेट हो सकता है या किसी काम च बिजी हो गया जान के कीता है फिर तो उसकी क्लास ही लगेगी फिर तो ऑब्वियसली यही होगा बट जे अरेंज मैरिज फिर तुसी की कर सकते हो चुप करके बैठ के वेट फिर पापा क्लास लैन के किसी वैसे तो हमेशा असं रोज यहो जी सिचुएशन च फस ही जाने कि किसी 12 बजे का टाइम दिता हो रीवा बैठे या उन्होंने पता है कि हमेशा इंटरव्यूज इंटरव्यूज ऐसा ही होंगे टाइम कुछ होर दिता होंगे बट कभी मीडिया लेट है कभी आर्टिस्ट लेट है वैसे रियल लाइफ कभी इदा हो कि बहुत जरूरी किसी ने टाइम दिता और पहुंचना है लेकिन वो डिले 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 होंगे होंगे पोस्टपोन ही हो गया। हाँ हाँ डेफिनेटली हुंदा हुंदा ऐसा हुंदा कई बार हुंदा ते कदी जिवें टाइटल है सब फड़े जाणगे बॉयज यूजली पंजाबी च आपां कहिंदे आ कांड कांड करते रहेंगे है ना कदे कॉलेज लाइफ से घरें कुछ किया होंगे लेकिन पहुंचे होंगे पहाड़ों वाले है ना या फिर बर्थडे मना भी मुंडे तो पहाड़ों वाल पहुंच जाते केक कटने लिए सो रियल लाइफ में समाइल तो लग रहा कि कुछ याद आ गया कोई यह जी मैमरी है नहीं, जो मैं किसी और दी समाइल तो हस पे सो रियल लाइफ में यह जी कोई मैमरी है जो अज भी कॉलेज लाइफ ना या दोस्तों ना यार मित्रों ना जुड़ी हुई जिन्होंने अज भी याद करके बड़ा हादसा आ जाता कि यार उदो से की किया ना यहोजा कई यादा ने वो पर वो कुछ यहोजियाँ यादा ने जड़िया मुंडिया दे विच हुंदियां शरारतां हरकतां ते वो हैगे ने बहुत सारे किस्से एक मैं तुहानू दसदा वो मैनू अज सोच के हासा आउंदा है मैं हुणे दस रहा सीगा कि मैं पहली दफ़ा स्टेज ते एज सिंगर चढ़िया उस दिन मेरा 6वीं क्लास मैं सीगा उस दिन मेरा एनुअल फंक्शन सी ते मैं परफॉर्म करन जाना सी ऑब्वियस जी गल है छुट्टी सी मैं अपने घरों जाना सी स्कूल स्कूल ऑब्वियसली तो होया कि अपने मेरे फ्रेंड के घर चला गया मैं उन्होंने कहा भी छाडा तो वो कहता भी मेरे अंगूठे से 7 बजी है तू चला मैं पिछे बहना साइकिल से असं तुर पे जा रहे हैं मेरा एनुअल फंक्शन से परफॉर्मेंस है मेरी जा रहे हैं जाते जाते एक मोड़ से एक रेड़ा जरा जैसे सिलेंडर लदे हुए सी उस तो मैं तो बच गया मेरा दोस्त नहीं बचा उस बांह से रेड़ा वजिया तो मतलब रेड़े से बांह वजी और डिग गया उसकी बांह टुट गई मैं अजय एनुअल फंक्शन ते जाना है उधर लोग कट्ठे हो गए कहना हाँ पानी पानी फिर उन्होंने पानी पियाया तो पता लगा उन्होंने डॉक्टर को लेके गया पता लगा ना ही डॉक्टर से पता लगा कि उसकी बांह टुट गई है मैं कहा बांह टुट गई है हूँ मैं की करा एनुअल फंक्शन से जाने की बजाय मैं वो सारे बंदे जेडे भी सिगे वड्डे वो जेडे लोग सिगे वो नाल ही घर से थोड़ी दूरी सिगे उस घरे छड्या उस तो बाद मैं उसकी सिस्टर से वड्डी मैं कहा दीदी मैं कुछ नहीं किया है ना ये कह के मैं भज गया भज के मैं जाके गाना गा रहा मैं गाना गाया अपना ते उस तो जो एनुअल फंक्शन खत्म होया उस तो बाद मैं घर ही नहीं गया क्यों छित्र पैन गया मैं अपने दोस्त मेरे घर के मैं लभदे फिर ना मेरे घर ने बड़ा लभ्या फिर
तीन चार दोस्तों नूं पता करके फिर एक दोस्त दे घरे मैं बैठा। फिर इस गल तो यह तो पता नहीं सी लगी कि बाँह टुट गई है, पर इस गल तो छित्र पे कि तू कित्थे चल गया सी, असीं लभदे सी। अच्छा, उस तो बाद एक महीना मुंडा नहीं आया घरे। अच्छा, जदों आया उदों बहुत मोटा हो गया सी, क्योंकि उहदे घर दे ने बहुत टैंपर कीता उहनूं, जो उहने मंगिया उह खवाया, उह बैठा रहा, उहदे प्लास्टर लग गया सी। मैं एक ही बार स्कूल बंक किया बस एक बार, तो मैं फिल्मा देखने का बहुत ज़्यादा शौक सीगा। तो अपने ना जो तो फिल्म देख भी जाते अपना फैमिली के नाल, सारी फैमिली मतलब काफ़ी आउट गोइंग है, असं डिनर्स से फिल्म फिल्म देख चल जाते, पर ना पंजाबी फिल्म देख जाते, हिंदी फिल्म देख नहीं जाते है। तो फिल्म आई हुई सी इशकजादे, मेरा बहुत मन सीगा देखने का, जिमें मर्जी हो जाए देखनी देखनी है, पहले दिन देखनी है बस। ठीक है, तो मैं स्कूल चो बंक मार के नाल आपकी एक फ्रेंड नू लैके चल गई, तो असी फिल्म देखी, पूरा वधिया इंजॉय किया। उदू बाद जो मैं जिमें थिएटर तो बाहर निकली हाँ, ठीक है, मैं इधरों मेरी मम्मी आ रही है, मैं पिछे मुड़ गई, उधरों मेरे पापा आ रहे हैं, फड़ी गई। तो वह पता फड़ी किमें गई सी, जिहड़ी कुड़ी नू मैं नाल लैके गई सी, वह कुड़ी की मम्मी ने मेरे मम्मी नू फोन करके बोल लाया कि मेरी कुड़ी दस के गई है, थोड़ी कुड़ी दस के नहीं गई। समझदे चीजां, बट मैं बहुत टाइम तक रखिया सी गुस्सा। किदां मनाया सी फिर उन्होंने? मनाया ही नहीं, गल ही नहीं की वापस। अज तक नहीं गल की, डांट पई डांट स्कूल च सही करदा थप्पड़ता पिया छड के दिमाग वाले रा पा दिल उत्ते जोर सोच ले, जे हुण यारी टुट गई ता जुड़नी नहीं, तू एक वारी होर सोच ले। पानी दी बोतल भरन च या किसी दे नोट्स कंप्लीट करन च ना मजा बड़ा आंदा, कोई एक शख्स हुंदा स्कूल दे विच, सो कई ऐसी सी स्कूल दे विच कुड़ी गुलाब किसे दित्ता होवे। श्वेता नाम सी ओहदा, मैनूं चंगी लगदी, कदी दिल नहीं कीता गुलाब देना। छेवीं सत्तवीं च सीगा छेवीं सत्तवीं नहीं करती
ਇੱਦਾਂ ਨਹੀਂ, ਕੁੜੀਆਂ ਦਿਲ ਦੀ ਨਹੀਂ ਪਤਾ ਹੁੰਦੀ ਨਾ। ਹਾਂ, ਕੁੜੀਆਂ ਦੱਸਦੀਆਂ ਨਹੀਂ ਹੁੰਦੀਆਂ ਹੈਗੀਆਂ, ਕੋਈ ਪਤਾ ਨਹੀਂ ਹੁੰਦਾ ਹੈਗਾ ਵੀ ਬਾਕੀ ਕਿਤੇ ਕਰਦੀ ਹੋਵੇ। ਅੱਛਾ ਅਸ਼ਵਿਨ, ਤੁਹਾਡਾ ਤਾਂ ਨਹੀਂ, ਚਲੋ ਅਸੀਂ ਮੰਮੀ ਤੋਂ ਅੱਜ ਬਿਲਕੁਲ ਡਾਂਟ ਨਹੀਂ ਪਵਾਉਣੀ ਹੈ ਤੁਹਾਨੂੰ। ਆਲਰੇਡੀ ਤੁਸੀਂ ਬਸ ਇੱਕ ਇੰਸੀਡੈਂਟ। ਸੋ ਤੁਹਾਨੂੰ ਫਸਟ ਰੋਜ਼, ਜਿਵੇਂ ਵੈਲੈਂਟਾਈਨਸ ਵੀਕ ਚੱਲ ਰਿਹਾ, ਤੁਹਾਨੂੰ ਤੁਹਾਡਾ ਪਹਿਲਾ ਰੋਜ਼ ਕਿਹੜੀ ਕਲਾਸ 'ਚ ਮਿਲਿਆ ਸੀ? ਮੈਂ ਨਾ 10th ਕਲਾਸ ਤੱਕ ਬਹੁਤ ਮੋਟੀ ਹੁੰਦੀ ਸੀ, ਠੀਕ ਹੈ, ਤਾਂ ਮੈਨੂੰ ਮਤਲਬ ਕੋਈ ਜ਼ਿਆਦਾ ਅਟੈਨਸ਼ਨ ਨਹੀਂ ਮਿਲੀ। ਪਰ ਫਿਰ ਜਦੋਂ ਮੈਂ 11th 'ਚ ਹੋਈ, ਮੈਂ ਬਹੁਤ ਡਰਾਸਟਿਕ ਵੇਟ ਚੇਂਜ, ਮਤਲਬ ਵੇਟ ਲੂਜ਼ ਕੀਤਾ ਸੀਗਾ ਕਾਫੀ, ਅਤੇ ਮੇਰਾ ਸਕੂਲ ਵੀ ਚੇਂਜ ਹੋ ਗਿਆ ਸੀਗਾ, ਅਤੇ ਮੈਨੂੰ ਫਿਰ ਆਪਦੇ ਆਪ ਨੂੰ ਮਤਲਬ ਦੇਖਣਾ ਵੀ, ਮਤਲਬ ਮੈਨੂੰ ਮੈਂ ਵਧੀਆ ਲੱਗ, ਜੋ ਤੁਹਾਨੂੰ ਲੱਗਦਾ ਕਿ ਥੋੜ੍ਹੇ 'ਚ ਕੋਈ ਚੇਂਜ ਆਇਆ, ਤੁਸੀਂ ਥੋੜ੍ਹਾ ਆਪਦੇ ਆਪ 'ਚ ਵੀ ਹੋਰ ਐਫਰਟਸ ਕਰਨ ਲੱਗ ਜਾਂਦੇ ਹੋ, ਫਿਰ ਮੈਂ ਕਾਜਲ ਕੁਜਲ ਪਾ ਕੇ, ਮਤਲਬ ਮੈਂ ਆਪ ਵੀ ਤਿਆਰ ਹੋਣਾ ਜ਼ਿਆਦਾ ਸ਼ੁਰੂ ਕਰ, ਤਾਂ ਮੈਨੂੰ ਜਿੰਨੀ ਅਟੈਨਸ਼ਨ ਮਿਲੀ ਹੈ ਉਹ ਮੈਨੂੰ 11th ਤੋਂ ਬਾਅਦ ਮਿਲੀ ਹੈ, ਤਾਂ ਮੈਂ ਫਸਟ ਟਾਈਮ 'ਤੇ ਮੈਨੂੰ 11th ਦੇ ਵਿੱਚ ਜੀ ਹੋਇਆ ਹੋਊਗਾ ਇੱਦਾਂ। ਓਕੇ, ਅੱਛਾ, ਕੋਈ ਇਹੋ ਜਿਹਾ ਲਵ ਲੈਟਰ ਜਾਂ ਕੋਈ ਕਿੱਸਾ ਹੈ ਜੋ, ਕਿਉਂਕਿ ਵੈਲੈਂਟਾਈਨਸ ਵੀਕ ਚੱਲ ਰਿਹਾ, ਮੈਨੂੰ ਲੱਗਦਾ ਮੈਨੂੰ ਪਤਾ ਆਪਾਂ ਮੂਵੀ ਤੋਂ ਅਲੱਗ ਚਲੇ ਗਏ, ਵਾਪਿਸ ਆ ਜਾਂਗੇ ਬਸ ਇਸ ਤੋਂ ਬਾਅਦ ਯੂਟਰਨ ਮਾਰਾਂਗੇ। ਬਸ ਲਾਸਟ ਸਵਾਲ ਹੈ, ਵੈਲੈਂਟਾਈਨਸ ਵੀਕ ਚੱਲ ਰਿਹਾ, ਕਿਉਂਕਿ ਕੋਈ ਲਵ ਲੈਟਰ ਜਾਂ ਕੋਈ ਇਹੋ ਜਿਹੀ ਚੀਜ਼ ਸੀ ਜਿਹਨੂੰ ਪੜ੍ਹ ਕੇ ਬੜਾ ਕਈ ਲਵ ਲੈਟਰ ਮਿਲਿਆ? ਕਿਉਂਕਿ ਜਦੋਂ ਅਸੀਂ ਸਕੂਲ ਕਾਲਜ 'ਚ ਸੀਗੇ, ਲਵ ਲੈਟਰਸ ਮਿਲ ਜਾਂਦੇ ਹੁੰਦੇ ਸੀ, ਲੋਕ ਚਿੱਠੀ 'ਚ ਲਿਖ ਕੇ ਨਾ ਦਿੰਦੇ ਸੀ ਕਾਪੀ 'ਚ ਰੱਖ ਕੇ, ਤੁਹਾਨੂੰ ਜਦੋਂ ਲਵ ਲੈਟਰ ਮਿਲਿਆ ਸੀ ਪੜ੍ਹ ਕੇ, ਕੋਈ ਇਹੋ ਜਿਹਾ ਸੀ ਕਿ ਜਿਹਨੂੰ ਪੜ੍ਹ ਕੇ ਬਟਰਫਲਾਈਜ਼ ਆ ਗਏ ਹੋਣਗੇ? ਯਾਰ ਵਾਓ, ਹਾਓ ਸਵੀਟ, ਭਾਵੇਂ ਮਨਾ ਕੀਤਾ ਹੋਵੇ, ਲੇਕਿਨ ਕੋਈ ਇੱਕ ਬਟਰਫਲਾਈਜ਼ ਬਲੱਸ਼ ਜਾਂ ਐਵੇਂ? ਐਗਜੈਕਟ ਤਾਂ ਨਹੀਂ ਕੁਛ ਯਾਦ ਹੋਊਗਾ, ਬਟ ਲੇਕਿਨ ਹਾਂ, ਕਦੇ ਕਦੇ ਕੋਈ ਇਨਸਾਨ ਜਦੋਂ ਕੁਛ ਐਕਸਪ੍ਰੈਸ ਕਰਦਾ, ਕਦੇ ਕਦੇ ਬਹੁਤ ਖੂਬਸੂਰਤੀ ਨਾਲ ਕਰ ਦਿੰਦੇ ਨੇਗੇ, ਬਟ ਐਵੇਂ ਮੈਨੂੰ ਐਗਜੈਕਟ ਨਹੀਂ ਯਾਦ ਹੈਗਾ ਹੁਣ ਕੁਛ। ਸੋ ਜਦੋਂ ਇਹ ਮੂਵੀ, ਜਿਵੇਂ ਰਾਤ ਦਾ ਕੰਸੈਪਟ ਆ, ਤਾਂ ਓਬਵੀਅਸਲੀ ਆਈ ਥਿੰਕ ਰਾਤ 'ਚ ਹੀ ਸਾਰੀ ਸ਼ੂਟ ਹੋਈ ਹੋਏਗੀ, ਤਾਂ ਕਿੰਨਾ ਟਾਈਮ ਲਈ ਸ਼ੂਟ ਚੱਲਿਆ ਔਰ ਕਿੰਨੇ ਟਾਈਮ ਦਾ ਇਹ ਸਾਰਾ ਸਕੈਡਿਊਲ ਸੀ ਤੁਹਾਡਾ? ਇਹ ਫਿਲਮ ਜੀ ਜਿੱਦਾਂ ਰਾਤ ਦੀ, ਇੱਕ ਰਾਤ ਦੀ ਕਹਾਣੀ ਹੈ, ਔਰ 8 ਘੰਟੇ, ਉਸ ਰਾਤ ਦੇ 8 ਘੰਟਿਆਂ ਦੀ ਕਹਾਣੀ ਹੈ ਜਿਹੜੀ ਕਿ ਅਸੀਂ 2 ਘੰਟਿਆਂ 'ਚ ਪੇਸ਼ ਕਰ ਰਹੇ ਹਾਂ। ਸੋ ਇਹ ਪੂਰੇ 2 ਘੰਟਿਆਂ 'ਚ ਸਾਰਾ ਕੁਛ ਦਿਖਾਉਣ ਲਈ 27 ਰਾਤਾਂ ਲੱਗੀਆਂ ਨੇ, 27 nights। ਸੋ ਤਕਰੀਬਨ 26-27 ਰਾਤਾਂ 'ਚ ਇਹ 2 ਘੰਟੇ ਬਣੇ ਨੇ। ਸੋ 26-27 ਦਿਨ ਕਹਿ ਲਓ। ਸੋ ਡੇ ਸ਼ੂਟ ਕਰਨਾ ਤੁਹਾਨੂੰ ਜ਼ਿਆਦਾ ਵਧੀਆ ਜਾਂ ਇੰਟਰਸਟਿੰਗ ਲੱਗਦਾ, ਜਾਂ ਨਾਈਟ ਸ਼ਿਫਟ ਜਾਂ ਨਾਈਟ ਸ਼ੂਟਸ ਕਰਨੇ ਜ਼ਿਆਦਾ ਵਧੀਆ ਲੱਗਦੇ ਆ? ਨਹੀਂ, ਰਾਤ ਨੂੰ ਤਾਂ ਟਫ ਹੀ ਹੁੰਦਾ ਸ਼ੂਟ ਕਰਨਾ, ਕਿਉਂਕਿ ਫਿਰ ਦਿਨ ਸਾਰਾ ਖਰਾਬ ਹੋ ਜਾਂਦਾ। ਔਰ ਇਹ ਸਰਦੀਆਂ ਦਾ ਸੀ ਜਾਂ ਗਰਮੀ? ਸਰਦੀਆਂ, ਡਿਸੰਬਰ ਦੇ ਵਿੱਚ ਧੁੰਦ ਦੇ ਵਿੱਚ ਸ਼ੂਟ ਕੀਤਾ ਸੀ, ਔਰ ਸੀਗਾ ਵੀ ਆਊਟਡੋਰ। ਸੋ ਤੁਹਾਡਾ, ਅਸੀਂ ਹਰੀਸ਼ ਜੀ ਆਲਰੇਡੀ ਬਹੁਤ ਜ਼ਿਆਦਾ ਕੰਮ ਦੇਖਦੇ ਆਏ, ਔਰ ਸਾਰੇ ਹਮੇਸ਼ਾ ਤੁਹਾਨੂੰ ਪਿਆਰ ਹੀ ਕਰਦੇ ਆ, ਤੁਹਾਡੀ ਮੈਨੂੰ ਪਰਸਨਲੀ ਇੱਦਾਂ ਲੱਗਦਾ ਕਿ ਤੁਹਾਡੀ ਇੱਕ ਆਪਣੀ ਨਾ ਪਰਸਨਲ ਫੈਨ ਫੋਲੋਇੰਗ, ਪਰਸਨਲ ਆਡੀਅੰਸ ਆ, ਹੈ ਨਾ, ਜੋ ਸਿਰਫ ਤੁਹਾਨੂੰ ਪਿਆਰ ਕਰਦੀ ਹੈ ਤਾਂ ਕਰਦੀ ਹੈ, ਚਾਹੇ ਜੋ ਮਰਜ਼ੀ ਤੁਸੀਂ ਪੇਸ਼ ਕਰੋ ਉਹਨਾਂ ਅੱਗੇ। ਲੇਕਿਨ ਸਟਿਲ ਇੱਕ ਦਿਲੀ ਇੱਛਾ ਹੁੰਦੀ ਹੈ ਨਾ ਐਕਟਰ ਔਰ ਆਰਟਿਸਟ ਦੀ, ਕਿ ਯਾਰ ਇਹ ਇਹੋ ਜਿਹਾ ਰੋਲ ਮਿਲੇ ਨਾ। ਸੋ ਕੋਈ ਮੂਵੀ ਜਾਂ ਪੁਰਾਣੇ, ਜਿਵੇਂ ਅਮਿਤਾਭ ਬੱਚਨ ਹੋਰਾਂ ਦੇ ਸਮੇਂ ਦੀ, ਜਾਂ ਸ਼ਾਹਰੁਖ, ਜਾਂ ਬਾਲੀਵੁੱਡ, ਜਾਂ ਕੋਈ ਵੀ ਜਿੰਮੀ ਸਰ ਹੋਣਾ ਦੀ, ਜਿੰਮੀ ਸ਼ੇਰਗਿੱਲ ਭਾਅ ਜੀ ਦੀ, ਇਹਨਾਂ ਦਾ ਕੋਈ ਵੀ ਪ੍ਰੋਜੈਕਟ ਹੋਵੇ, ਕੋਈ ਐਸੀ ਫਿਲਮ ਹੈ ਹਰੀਸ਼ ਜੀ ਜੋ ਤੁਸੀਂ ਟੀ ਵੀ 'ਚ ਦੇ ਸੀ ਤਾਂ ਦਿਲ ਕਰਦਾ ਸੀ ਇਹਦੇ 'ਚ ਮੈਂ ਹੋਵਾਂ, ਜਾਂ ਕੋਈ ਵੀ ਅਜਿਹਾ ਕੈਰੈਕਟਰ ਜਾਂ ਰੋਲ ਜੋ ਤੁਸੀਂ ਚਾਹੁੰਦੇ ਹੋ ਮੈਨੂੰ ਹਜੇ ਮਿਲਿਆ ਨਹੀਂ ਹੈ, ਜਾਂ ਮੈਂ ਇਹੋ ਜਿਹਾ ਕਰਨਾ ਚਾਹੁੰਦਾ? ਹਾਂ, ਹਾਲੇ ਮੈਂ ਸੱਚੀ ਦੱਸਦਾ, ਮੈਂ ਐਜ਼ ਐਨ ਐਕਟਰ ਆਪਣੇ ਆਪ ਨੂੰ ਹੋਰ ਜ਼ਿਆਦਾ ਐਕਸਪਲੋਰ ਕਰਨਾ ਚਾਹੁੰਦਾ। ਮੈਨੂੰ ਮਤਲਬ ਮੈਨੂੰ ਕਿਰਦਾਰ ਮਿਲੇ ਨਹੀਂ। ਮੈਂ ਜਦੋਂ ਥੀਏਟਰ ਕਰਦਾ ਸੀਗਾ ਉਦੋਂ ਮੈਂ ਕਾਫੀ ਕੁਛ ਕੀਤਾ ਥੀਏਟਰ ਦੇ ਵਿੱਚ, ਅਲੱਗ ਅਲੱਗ ਕੈਰੈਕਟਰਸ ਕੀਤੇ ਆ, ਪਰ ਫਿਲਮਾਂ 'ਚ ਨਹੀਂ ਕੀਤੇ, ਕਿਉਂਕਿ ਫਿਲਮਾਂ 'ਚ ਮੈਨੂੰ ਉੱਦਾਂ ਦੇ ਪ੍ਰਪੋਜ਼ਲਸ ਨਹੀਂ ਮਿਲੇ। ਸੋ ਮੈਂ ਚਾਹੁੰਦਾ ਕਿ ਜਿੰਨਾ ਚੈਲੇਂਜਿੰਗ, ਜਿੰਨੇ ਡਿਫਰੈਂਟ ਸ਼ੇਡਸ ਹੋ ਸਕਣ ਇੱਕ ਕੈਰੈਕਟਰ 'ਚੋਂ ਮੈਂ ਕਰਨਾ ਚਾਹੂੰਗਾ, ਭਾਵੇਂ ਉਹ ਨੈਗੇਟਿਵ ਸ਼ੇਡ ਹੋਵੇ, ਆਈ ਵੁੱਡ ਲਵ ਟੂ ਡੂ ਇਟ। ਅਤੇ ਜਿੱਦਾਂ ਤੁਸੀਂ ਗੱਲ ਕੀਤੀ ਹੈ, ਬੇਸਿਕਲੀ ਕੀ ਹੈ ਕਿ ਇੱਕ ਕਹਾਣੀ ਅਤੇ ਕੈਰੈਕਟਰ ਹੀ ਇੱਕ ਐਕਟਰ ਨੂੰ ਪਛਾਣ ਦਵਾਉਂਦੇ ਆ। ਜਿਵੇਂ ਮੈਨੂੰ ਖੁਦ ਨੂੰ ਪਛਾਣ ਮਿਲੀ ਹੈ ਜੱਟ ਟਿੰਕੇ ਤੋਂ, ਹੈ ਨਾ, ਉਹ ਕੈਰੈਕਟਰ ਬੜਾ ਲਾਈਵਲੀ ਸੀਗਾ, ਸਿੱਧਾ ਦਿਲਾਂ 'ਚ ਲੋਕਾਂ ਦੇ ਗਿਆ, ਵਸਿਆ। ਸੋ ਅਗਰ ਇਹੋ ਜਿਹੇ ਕੈਰੈਕਟਰਸ ਮਿਲਦੇ ਰਹਿਣ ਕਲਾਕਾਰ ਨੂੰ, ਫਿਰ ਉਹ ਹਮੇਸ਼ਾ ਜਿਉਂਦਾ ਰਹਿੰਦਾ ਹੈ। ਉੱਪਰੋਂ ਜੇ ਡਿਫਰੈਂਟ ਹੋਣ ਅਤੇ ਉਹਨਾਂ 'ਚੋਂ ਸਭ ਕੁਝ ਉਹ ਗ੍ਰਿਪ ਹੋਵੇ, ਉਹ ਖਿੱਚ ਹੋਵੇ ਉਹਨਾਂ ਕੈਰੈਕਟਰਸ 'ਚ, ਫਿਰ ਹੋਰ ਕਮਾਲ ਹੋ ਜਾਂਦਾ। ਅਤੇ ਜਿੱਦਾਂ ਤੁਸੀਂ ਗੱਲ ਕੀਤੀ ਸੀ ਸ਼ਾਹਰੁਖ ਖਾਨ ਹੋਰਾਂ ਦੀ, ਅਮਿਤਾਭ ਬੱਚਨ ਹੋਰਾਂ ਦੀ, ਉਹਨਾਂ ਨੂੰ ਕਿਉਂਕਿ ਕਿਰਦਾਰ ਬੜੇ ਕਮਾਲ ਮਿਲੇ, ਆਪਾਂ ਜੇ ਦੇਖੀਏ ਉਹਨਾਂ ਦਾ ਵੀ, ਅਮਿਤਾਭ ਬੱਚਨ ਹੋਰਾਂ ਦਾ ਉਸ ਤੋਂ ਪਹਿਲਾਂ ਉਹੀ ਅਮਿਤਾਭ ਬੱਚਨ ਸੀਗੇ, ਉਵੇਂ ਦਾ ਹੀ ਪਰਫੋਰਮ ਕਰ ਰਹੇ ਸੀ, ਉਵੇਂ ਦਾ ਹੀ ਦੇਖਦੇ ਸੀ। ਜ਼ੰਜੀਰ ਤੋਂ ਪਹਿਲਾਂ ਵੀ ਉਹਨਾਂ ਨੇ ਫਿਲਮਾਂ ਕੀਤੀਆਂ 7-8, ਨਹੀਂ ਉੱਦਾਂ ਦੀ ਗੱਲ ਬਣੀ, ਬਟ ਜ਼ੰਜੀਰ ਫਿਲਮ, ਉਹਦੀ ਕਹਾਣੀ, ਉਹਦਾ ਕਿਰਦਾਰ ਇੰਨਾ ਕਮਾਲ ਸੀ
ਕਿ ਉਹ ਉਹੀ ਅਮਿਤਾਬ ਬੱਚਨ ਹੋਣ ਫਿਰ ਸਾਰਿਆਂ ਦੇ ਦਿਲਾਂ 'ਚ ਛਾ ਗਏ। ਸੋ ਇਹਨਾਂ ਦੇ ਜੋ 90s ਦੀ ਜਾਂ 80s ਦੀ ਜਾਂ ਜਿਵੇਂ ਤੁਹਾਡੇ ਇੰਡਸਟਰੀ ਤੋਂ ਆਉਣ ਤੋਂ ਪਹਿਲਾਂ ਪੰਜਾਬੀ ਫਿਲਮਾਂ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਵੱਡੇ ਹੋਏ ਹੋ, ਉਹਨਾਂ 'ਚ ਕੋਈ ਕੈਰੈਕਟਰ ਖਾਸ ਹੈ ਜਿਹਨੂੰ ਤੁਸੀਂ ਫਿਲਮ ਟੀਵੀ 'ਚ ਦੇ ਦਿਓ ਤਾਂ ਦਿਲ ਕਰਦਾ ਕਿ ਯਾਰ ਇਹ 'ਚ ਮੈਂ ਕਿਉਂ ਨਹੀਂ ਸੀ ਜਾਂ ਇਹ ਮੈਨੂੰ ਮਿਲਣਾ ਚਾਹੀਦਾ ਸੀ? ਯਾਰ ਇੱਕ ਨਾ ਫਿਲਮ ਹੈ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ, ਉਸ ਫਿਲਮ ਦਾ ਨਾਂ ਹੈ ਕਭੀ ਹਾਂ ਕਭੀ ਨਾ, ਸ਼ਾਹਰੁਖ ਖਾਨ ਦੀ। ਬਹੁਤ ਇਨੋਸੈਂਟ ਕੈਰੈਕਟਰ ਹੈ, ਮੈਂ ਚਾਹੁੰਦਾ ਕਿ ਉਹ ਕਰਾਂ ਜੇ ਕਦੇ ਮੌਕਾ ਮਿਲੇ। ਜੀ, ਸੋ ਹਸ਼ਨੀਨ, ਤੁਹਾਨੂੰ ਕਦੀ ਅਸੀਂ ਵਿਲਨ ਜਾਂ ਨੈਗੇਟਿਵ ਵੈਂਪ ਕਿਰਦਾਰ ਕਰਨ ਦਾ ਸ਼ੌਂਕ ਹੈ? ਕਦੇ ਦੇਖਾਂਗੇ ਉਹ ਜਿਹੇ ਕਿਰਦਾਰਾਂ 'ਚ ਵੈਂਪ ਪਲੇ ਕਰਦੇ ਫਿਲਮਾਂ 'ਚ ਜਾਂ ਕਿਤੇ ਵੀ ਸੀਰੀਅਲਸ ਵਗੈਰਾ 'ਚ? ਵਟਐਵਰ, ਮੈਂ ਟਰਾਈ ਜ਼ਰੂਰ ਕਰਕੇ ਦੇਖਣਾ ਚਾਹੂੰਗੀ। ਪਰ ਹਾਂ, ਮੈਂ ਵੀ ਕਿਤੇ ਨਾ ਕਿਤੇ ਫੀਲ ਕਰਦੀ ਹਾਂ ਕਿ ਹਾਂ, ਮੈਨੂੰ ਆਡੀਅੰਸ ਦੀ ਜਜਮੈਂਟ ਤੋਂ ਡਰ ਜ਼ਰੂਰ ਲੱਗਦਾ ਹੈਗਾ ਕਿ ਪਤਾ ਨਹੀਂ ਉਹ ਵੈਂਪ ਨੂੰ ਤਾਂ ਬਹੁਤ ਹੀ ਜ਼ਿਆਦਾ ਨੈਗੇਟਿਵ ਲੈ ਜਾਂਦੀ ਹੈ ਆਪਣੀ ਆਡੀਅੰਸ। ਕਿਉਂਕਿ ਜਦੋਂ ਮੇਰੇ ਜਿਹੜੇ ਸਭ ਤੋਂ ਪਹਿਲਾ ਪ੍ਰੋਜੈਕਟ ਸੀਗਾ, ਜਿਹੜੀ ਮੇਰੀ ਵੈਬ ਸੀਰੀਜ਼ ਸੀ ਯਾਰ ਜਿਗਰੀ ਕਸੂਤੀ ਡਿਗਰੀ, ਉਹਦੇ ਵਿੱਚ ਹਾਲਾਂਕਿ ਮੇਰਾ ਕੈਰੈਕਟਰ ਨੈਗੇਟਿਵ ਨਹੀਂ ਸੀਗਾ, ਉਹ ਨੈਗੇਟਿਵ ਨਹੀਂ ਸੀ, ਉਹ ਜਸਟ ਉਹ ਆਪਦਾ ਇੰਡੀਵਿਜੁਅਲ ਕੈਰੈਕਟਰ ਸੀਗਾ। ਉਹ ਵੀ ਉਹਨੇ ਕਿਸੇ ਦਾ ਰਿਲੇਸ਼ਨ ਖਰਾਬ ਕਰਤਾ, ਉਹ ਚਾਹੁੰਦੀ ਨਹੀਂ ਸੀਗੀ, ਠੀਕ ਹੈ, ਬਟ ਲੇਕਿਨ ਉਹਦੀ ਇੰਡੀਵਿਜੁਅਲ, ਬਟ ਮੈਨੂੰ ਉਹਦੇ ਵਾਸਤੇ ਬਹੁਤ ਨੈਗੇਟਿਵ ਸੁਣਨ ਨੂੰ ਮਿਲਿਆ ਸੀਗਾ, ਤਾਂ ਮੈਨੂੰ ਉਸ ਤੋਂ ਬਾਅਦ ਥੋੜ੍ਹਾ ਡਰ ਜ਼ਰੂਰ ਲੱਗਦਾ ਕਿ ਇੱਦਾਂ ਦਾ। ਲੇਕਿਨ ਐਜ਼ ਐਨ ਆਰਟਿਸਟ ਜ਼ਰੂਰ ਟਰਾਈ ਕਰਨਾ ਚਾਹੂੰਗੀ ਮੈਂ। ਅੱਛਾ, ਤੁਹਾਡਾ ਜ਼ਿਆਦਾ ਸਮਾਂ ਲਾਉਣ ਲੈਂਦੇ ਹੋਏ, ਕਿਉਂਕਿ ਆਈ ਥਿੰਕ ਲੰਚ ਟਾਈਮ ਹੋ ਰਿਹਾ, ਤੁਹਾਨੂੰ ਵੀ ਭੁੱਖ ਲੱਗੀ ਔਰ ਅੱਗੇ ਬਹੁਤ ਸਾਰੇ ਮੀਡੀਆ ਲਾਈਨ ਅਪ ਹੈ, ਬਸ ਆਖਰੀ ਦੋ ਤਿੰਨ ਸਵਾਲ ਹੋਣਗੇ। ਬਿਗ ਬੋਸ ਦਾ ਬਹੁਤ ਜ਼ਿਆਦਾ ਕਰੇਜ਼ ਆ ਆਡੀਅੰਸ ਦੇ ਵਿੱਚ, ਲਾਈਕ ਨਾ ਕਹਿੰਦੇ ਕਹਿੰਦੇ ਵੀ ਲੋਕ ਦੇਖਦੇ ਨੇ, ਬੋਲੀ ਵੀ ਜਾਣਗੇ ਕਿੰਨੇ ਔਰ ਕੀ ਕਰੀ, ਬਟ ਫਿਰ ਵੀ ਦੇਖਦੇ ਆ। ਸੋ ਕਦੀ ਦਿਲ ਚਾਹੁੰਦਾ ਕਿ ਯਾਰ ਪੰਜਾਬੀ ਬਿਗ ਬੋਸ ਹੋਵੇ, ਪੰਜਾਬ 'ਚ ਵੀ ਬਿਗ ਬੋਸ ਆਵੇ ਅਤੇ ਅਸੀਂ ਪਾਰਟੀਸਪੇਟ ਕਰੀਏ, ਜਾਂ ਫਿਰ ਵੈਸੇ ਹੀ ਬਿਗ ਬੋਸ ਦੇ ਵਿੱਚ ਕਦੀ ਸੋਚਿਆ ਪਾਰਟੀਸਪੇਟ ਕਰਨਾ? ਕਦੀ ਨਹੀਂ? ਸੋ ਹਸ਼ਨੀਨ, ਤੁਸੀਂ ਕਦੀ ਸੋਚਿਆ ਕਿਉਂ? ਮੈਨੂੰ ਪਰਸਨਲੀ ਆਪਦੀ ਲਾਈਫ 'ਚ ਵੀ ਅਤੇ ਅਦਰਵਾਈਜ਼ ਵੀ ਮੈਨੂੰ ਗੋਸਿਪ ਤੋਂ ਬਹੁਤ ਜ਼ਿਆਦਾ ਨਫ਼ਰਤ ਹੈ, ਅਤੇ ਉਹ ਮਾਹੌਲ 'ਚ ਹੀ ਰਹਿਣਾ ਕਿ ਵੀ ਜਿੱਥੇ ਹੋਣੀ ਹੋਈ ਗੋਸਿਪ ਹੈ, ਅਤੇ ਮੈਂ ਮੈਨੂੰ ਨਹੀਂ ਲੱਗਦਾ ਕਿ ਮੈਂ ਪਸੰਦ ਕਰੂੰਗੀ ਉਹ ਚੀਜ਼। ਬਿਗ ਬੋਸ ਵਾਲਿਆਂ ਨੇ ਪਹਿਲੇ ਦੂਜੇ ਦਿਨ ਕੱਢ ਦੇਣਾ, ਕੀ ਕਰਦਾ ਕਰਦਾ ਤਾਂ ਹੈ ਨਹੀਂ। ਵੈਸੇ ਇਨੋਸੈਂਟ ਕੈਰੈਕਟਰਸ ਹੋਤੇ ਜੋ ਇਨੋਸੈਂਟ ਜਾਂ ਨਾ ਕਰਨ ਵਾਲੇ ਬੰਦੇ ਆਉਂਦੇ ਨੇ, ਉਹ ਜ਼ਿਆਦਾ ਅੱਗੇ ਤੱਕ ਜਾਂਦੇ ਨੇ ਵੈਸੇ ਫਿਨਾਲੇ ਤੱਕ। ਅੱਛਾ, ਕੋਈ ਰਿਐਲਿਟੀ ਸ਼ੋਅ ਐਸਾ ਹੈ ਜਿਹਦੇ ਵਿੱਚ ਜਾਣਾ ਚਾਹੋਗੇ? ਕੋਈ ਰਿਐਲਿਟੀ ਸ਼ੋਅ ਅਟਰੈਕਟ ਕਰਦਾ ਹੋਵੇ ਯਾਰ ਇਹਦੇ 'ਚ, ਚਾਹੇ ਐਜ਼ ਐਨ ਐਂਕਰ ਚਾਹੇ ਐਜ਼ ਅ ਜੱਜ? ਹਾਂ, ਐਜ਼ ਐਨ ਐਂਕਰ ਤਾਂ ਮੈਂ ਕੁਛ ਵੀ ਕਿਸੇ ਵੀ ਸ਼ੋਅ ਨੂੰ ਹੋਸਟ ਕਰ ਲੂੰਗਾ। ਓਕੇ, ਸੋ ਥੈਂਕ ਯੂ ਸੋ ਮੱਚ ਸਾਡੇ ਨਾਲ ਜੁੜਨ ਲਈ, ਅਤੇ ਬਹੁਤ ਬਹੁਤ ਚੰਗਾ ਲੱਗਦਾ ਹਰੀਸ਼ ਜੀ ਤੁਹਾਡੇ ਨਾਲ, ਬਹੁਤ ਘੱਟ ਮੁਲਾਕਾਤ ਹੁੰਦੀ ਹੈ ਮੇਰੀ ਤਾਂ ਬਹੁਤ ਘੱਟ, ਅਤੇ ਇੰਟਰਵਿਊਜ਼ ਆਈ ਥਿੰਕ ਆਪਾਂ ਦੂਸਰੀ ਜਾਂ ਤੀਸਰੀ ਕਰ ਰਹੀ ਹਾਂ ਮੈਂ ਤੁਹਾਡੇ ਨਾਲ, ਪਰ ਹਮੇਸ਼ਾ ਹਸ਼ਨੀਨ ਨੂੰ ਤਾਂ ਆਪਾਂ ਮਿਲਦੇ ਰਹੀਦਾ ਪ੍ਰੋਜੈਕਟਸ ਦੇ ਥਰੂ ਜਾਂ ਵੈਸੇ ਵੀ ਮੀਡੀਆ ਇੰਟਰੈਕਸ਼ਨਸ ਆ ਜਾਂਦੇ ਨੇ ਜਲਦੀ। ਸੋ ਥੈਂਕ ਯੂ ਸੋ ਮੱਚ, ਅਤੇ ਬਹੁਤ ਚੰਗਾ ਲੱਗਿਆ, ਅਤੇ ਉਮੀਦ ਕਰਦੇ ਹਾਂ ਕਿ ਸਭ ਫੜੇ ਜਾਣਗੇ ਜਿਹੜੀ ਚੌਪਾਲ 'ਤੇ ਰਿਲੀਜ਼ ਹੋ ਰਹੀ ਹੈ OTT ਮੂਵੀ, ਇਹ ਤੁਹਾਡੇ ਬਾਕੀ ਸਾਰੇ ਪ੍ਰੋਜੈਕਟਸ ਵਾਂਗੂ ਹੀ ਸੁਪਰ ਡੁਪਰ ਹਿੱਟ ਜਾਵੇ। ਥੈਂਕ ਯੂ ਸੋ ਮੱਚ। ਕੁਛ ਕਹਿਣਾ ਲਾਸਟ? ਇਹੋ ਕਹਿਣਾ ਹੈ ਕਿ 16 ਫਰਵਰੀ ਨੂੰ ਫਿਲਮ ਚੌਪਾਲ 'ਤੇ ਆ ਰਹੀ ਹੈ, ਵਰਲਡ ਵਾਈਡ ਰਿਲੀਜ਼ ਹੋ ਰਹੀ ਹੈ 11 ਵਜੇ। ਸੋ ਆਪਣੇ ਆਪਣਾ ਆਸ਼ੀਰਵਾਦ, ਆਪਣਾ ਪਿਆਰ ਸਾਡੇ 'ਤੇ ਜ਼ਰੂਰ ਵਰਸਾਇਓ, ਔਰ ਘਰਾਂ 'ਚ ਬੈਠ ਕੇ ਆਰਾਮ ਨਾਲ ਇਤਮਾਨ ਨਾਲ ਫਿਲਮ ਵੇਖਿਓ। ਫਿਲਮ ਬਹੁਤ ਸੋਹਣੀ ਹੈ, ਬਹੁਤ ਮਿਹਨਤ ਨਾਲ ਬਣਾਈ ਹੈ, ਤੁਹਾਨੂੰ ਮਜ਼ਾ ਆਊਗਾ, ਅਤੇ ਥੈਂਕ ਯੂ ਸੋ ਮੱਚ ਫੋਰ ਦ ਲਵ ਯੂ ਆਲਵੇਜ਼ ਗਿਵ। ਮੇਰੇ ਵੱਲੋਂ ਵੀ ਸੇਮ ਰਿਕੁਐਸਟ ਹੈ ਜੀ, 16 ਫਰਵਰੀ ਨੂੰ ਸਭ ਫੜੇ ਜਾਣਗੇ, ਆ ਜਾਣੀ ਹੈ, ਤੁਸੀਂ ਸਿਰਫ ਆਪਦੀ ਰਜਾਈ 'ਚ ਬੈਠ ਕੇ ਟੀਵੀ ਔਨ ਕਰਕੇ ਦੇਖਣੀ ਹੈ 2 ਘੰਟੇ, ਤੁਹਾਨੂੰ ਇੱਕ ਡਿਫਰੈਂਟ ਐਕਸਪੀਰੀਅੰਸ, ਇੱਕ ਡਿਫਰੈਂਟ ਕਾਇੰਡ ਆਫ ਪੰਜਾਬੀ ਸਿਨੇਮਾ ਐਕਸਪੀਰੀਅੰਸ ਕਰਨ ਨੂੰ ਮਿਲੂਗਾ, ਤਾਂ ਜ਼ਰੂਰ ਦੇਖ ਕੇ ਦੱਸਿਓ ਤੁਹਾਨੂੰ ਕਿੱਦਾਂ ਲੱਗੀ। ਅੱਛਾ, ਲਾਸਟ ਮੈਨੂੰ ਪਤਾ ਇੰਟਰਵਿਊ ਖਤਮ ਹੋ ਗਿਆ, ਇਹ ਨਜਾਇਜ਼ ਚੀਜ਼ ਕਰ ਰਹੀ ਹਾਂ ਮੈਂ, ਬਟ ਸਟਿਲ ਤੁਹਾਡਾ ਯਾਰ ਮੁੰਲੇ ਵਾਲਾ ਡਾਇਲੋਗ ਹੈ ਨਾ, ਪਲੀਜ਼। ਸਤਿ ਸ਼੍ਰੀ ਅਕਾਲ ਜੀ, ਮਾਈ ਸੈਲਫ ਖੜਕ ਸ਼ੇਰ ਸਿੰਘ, ਫਿਰ ਭੁੰਦੜੀ ਰੱਖਾਂ ਨਾ ਬਸਿਆਂ, ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣਾ। ਥੈਂਕ ਯੂ ਸੋ ਮੱਚ। ਸੋ ਇਹ ਸੀ ਜੀ ਮੇਰੇ ਨਾਲ ਤੁਹਾਡੇ ਆਪਣੇ ਫੇਵਰੇਟ ਜੱਟ ਟਿੰਕਾ, ਯਾਨੀ ਕਿ ਹਰੀਸ਼ ਵਰਮਾ ਅਤੇ ਹਸ਼ਨੀਨ ਚੌਹਾਨ, ਬੜੀ ਪਿਆਰੀ ਜੀ ਕੁੜੀ, ਡਿੰਪਲਸ ਪਹਿਨਦੇ ਉਹਨਾਂ ਦੇ। ਸੋ ਦੋਨਾਂ ਨੂੰ ਬਹੁਤ ਜ਼ਿਆਦਾ ਤੁਸੀਂ ਪਿਆਰ ਦੇਣਾ। 16 ਫਰਵਰੀ OTT ਪਲੈਟਫਾਰਮ, ਪੰਜਾਬ ਦਾ ਇਕਲੌਤਾ OTT ਪਲੈਟਫਾਰਮ ਹੈ ਚੌਪਾਲ TV, ਸਭ ਫੜੇ ਜਾਣਗੇ ਮੂਵੀ ਰਿਲੀਜ਼ ਹੋ ਰਹੀ ਹੈ ਆਪਣੇ ਮੋਬਾਈਲਸ 'ਤੇ, ਆਪਣੇ TVs 'ਤੇ ਤੁਸੀਂ ਕਨੈਕਟ ਕਰਕੇ ਜਿੱਦਾਂ ਹੀ ਉਹ ਰਿਲੀਜ਼ ਹੋਏਗੀ 16 ਫਰਵਰੀ ਨੂੰ ਜ਼ਰੂਰ ਇਹ ਮੂਵੀ ਦੇਖਣੀ, ਔਰ ਉਹਨਾਂ ਨੂੰ ਉਹਨਾਂ ਦੇ ਸੋਸ਼ਲ ਮੀਡੀਆ 'ਤੇ ਬਹੁਤ ਸਾਰਾ ਪਿਆਰ ਦੇਣਾ ਹੈ। ਸਤਿ ਸ਼੍ਰੀ ਅਕਾਲ, ਦੇਖਦੇ ਰਹੋ ਸਾਂਝਾ TV, ਕੈਮਰਾਮੈਨ ਵਿਨੀ ਦੇ ਨਾਲ ਮੈਂ ਆਕਾਂਕਸ਼ਾ ਸੋਟੀ।